ਕਿਸਾਨ ਅੰਦੋਲਨ ਦਾ ਅੱਜ 13ਵਾਂ ਦਿਨ ਹੈ। ਸ਼ੰਭੂ ਬੈਰੀਅਰ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਔਰ ਇਸੇ ਦੌਰਾਨ ਕਿਸਾਨਾਂ ਦੇ ਵਿੱਚ ਆਪਸੀ ਚਰਚਾ, ਬੁੱਧੀਜੀਵੀਆਂ ਨੂੰ ਬੁਲਾ ਕੇ ਚਰਚਾ ਤਾਂ ਕਿ ਪੂਰੇ ਮਸਲੇ ਨੂੰ ਲੈ ਕੇ ਇਸ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਣਾ, ਨੀਤੀਆਂ ਕੀ ਨੇ, ਇਹਨਾਂ ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਜਾ ਸਕੇ। ਅੱਜ WTO ਦੇ ਮੁੱਦੇ ਤੇ ਇੱਕ ਕਨਵੈਨਸ਼ਨ ਬੁਲਾਈ ਗਈ ਹੈ ਜਿੱਥੇ ਵੱਖ ਵੱਖ ਬੁੱਧੀਜੀਵੀ ਜਿਹੜੇ ਨੇ ਉਹ ਪਹੁੰਚੇ ਨੇ ਔਰ ਮੰਚ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ, ਮੰਚ ਲਾਇਆ ਗਿਆ, ਸਪੀਕਰ ਚੱਲ ਰਿਹਾ। ਕਿਸਾਨ ਜਿਹੜੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜ ਕੇ ਇੱਥੇ ਬੈਠੇ ਹੋਏ ਇਸ ਕਨਵੈਨਸ਼ਨ ਦਾ ਹਿੱਸਾ ਬਣੇ, ਬੁੱਧੀਜੀਵੀਆਂ ਨੂੰ ਸੁਣ ਰਹੇ ਨੇ। WTO ਦੇ ਮੁੱਦੇ ਤੇ ਇਹ ਕਨਵੈਨਸ਼ਨ ਖਾਸ ਕਰਕੇ ਬੁਲਾਈ ਗਈ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਕੱਲ੍ਹ ਤੋਂ WTO ਦੀ ਜਿਹੜੀ ਮੀਟਿੰਗ ਹੈ ਉਹ ਆਬੂ ਧਾਬੀ ਦੇ ਵਿੱਚ ਹੋਣ ਜਾ ਰਹੀ ਹੈ ਔਰ ਦੁਨੀਆ ਦੇ ਸਮਝੌਤਿਆਂ ਨੂੰ ਲੈ ਕੇ ਜਿਹੜਾ ਇਹ ਇੱਕ ਕਹਿ ਸਕਦੇ ਹਾਂ ਕਿ ਇੱਕ WTO ਸੰਸਥਾ ਜਿਹੜੀ ਬਣਾਈ ਗਈ ਹੈ ਔਰ ਆਪਸੀ ਸਮਝੌਤੇ ਜਿਹੜੇ ਦੁਨੀਆ ਦੇ ਵਪਾਰ ਨੂੰ ਜੋੜਨ ਦੇ ਲਈ ਜਿਹੜੇ ਸਮਝੌਤੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਜਾਂ ਭਾਰਤ ਨੂੰ ਇਸ ਦਾ ਕੀ ਨੁਕਸਾਨ ਹੈ, ਜਿਸ ਦੇ ਵਿੱਚ ਸਭ ਤੌਰ ਤੇ ਦੇਖੋ ਕਿਸਾਨੀ ਮੁੱਦੇ ਨੂੰ ਲੈ ਕੇ, ਕਿਸਾਨੀ ਮੰਗਾਂ ਨੂੰ ਲੈ ਕੇ ਇਸ ਸੰਘਰਸ਼ ਨੂੰ ਜਦੋਂ ਵਿੱਢਿਆ ਗਿਆ ਤਾਂ ਉਦੋਂ ਲਗਾਤਾਰ ਚਰਚਾ ਹੋਈ। ਜਿਸ ਤਰ੍ਹਾਂ ਕਣਕ ਤੇ ਇੰਪੋਰਟ ਡਿਊਟੀ ਦੀ ਗੱਲ ਹੋਈ ਕਿ ਇੰਪੋਰਟ ਡਿਊਟੀ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ, ਜੇ ਇੰਪੋਰਟ ਡਿਊਟੀ ਖਤਮ ਹੋ ਗਈ ਤਾਂ ਭਾਰਤੀ ਕਿਸਾਨ ਦੀ ਜਿਹੜੀ ਕਣਕ ਹੈ ਉਹਦੀ ਵੈਲਿਊ ਜਿਹੜੀ ਹੈ ਉਹ ਨਹੀਂ ਰਹੇਗੀ ਉਹਨੂੰ ਉਹਦੇ ਨਾਲ, ਕਿਉਂਕਿ ਬਾਹਰੋਂ ਸਸਤੇ ਰੇਟ ਤੇ ਜੇ ਕਣਕ ਆਉਂਦੀ ਹੈ ਤਾਂ ਭਾਰਤ ਦੇ ਕਿਸਾਨ ਨੂੰ ਉਸਦਾ ਹੱਕ ਨਹੀਂ ਮਿਲੇਗਾ। ਤਾਂ ਦੇਖੋ WTO ਦੇ ਮਸਲੇ ਤੇ ਲੋਕਾਂ ਨੂੰ ਦੱਸਿਆ ਜਾਵੇ, ਕਿਸਾਨਾਂ ਨੂੰ ਦੱਸਿਆ ਜਾਵੇ, ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਉਸ ਨੂੰ ਲੈ ਕੇ ਇਹ ਜਿਹੜੀ ਕਨਵੈਨਸ਼ਨ ਹੈ ਉਹ ਬੁਲਾਈ ਗਈ ਹੈ, ਚਰਚਾ ਚੱਲ ਰਹੀ ਹੈ, ਵੱਖ ਵੱਖ ਪ੍ਰੋਗਰਾਮ ਲਿਖੇ ਗਏ ਨੇ। ਤਾਂ ਇਹ ਸਾਹਮਣੇ ਤੁਸੀਂ ਮੰਚ ਦੇਖ ਰਹੇ ਹੋ ਕਿ ਵੱਖ ਵੱਖ ਬੁਲਾਰੇ ਬੋਲ ਰਹੇ ਨੇ, ਕਿਸਾਨ ਜਿਹੜੇ ਨੇ ਉਹ ਮੌਜੂਦ ਨੇ, ਕਿਸਾਨ ਜਥੇਬੰਦੀਆਂ ਮੌਜੂਦ ਨੇ, ਤਾਂ ਕਿ ਇਸ ਚਰਚਾ ਦੇ ਵਿੱਚੋਂ ਕੋਈ ਨਿਕਲ ਕੇ ਐਸਾ ਹੱਲ ਨਿਕਲ ਕੇ ਬਾਹਰ ਆਵੇ ਜਿਸ ਨੂੰ ਲੈ ਕੇ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ, ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ। ਤਾਂ ਵੱਖ ਵੱਖ ਪ੍ਰੋਗਰਾਮ ਲਿਖੇ ਗਏ ਨੇ, ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਅੱਜ ਦੀ ਕਨਵੈਨਸ਼ਨ ਰੱਖੀ ਗਈ ਹੈ। ਤਾਂ ਬੁੱਧੀਜੀਵੀਆਂ ਦੀ ਚਰਚਾ ਤੋਂ ਬਾਅਦ, ਬੁੱਧੀਜੀਵੀਆਂ ਦੇ ਵਿਚਾਰ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ। ਪਰ ਫਿਲਹਾਲ 13ਵਾਂ ਦਿਨ ਹੋ ਗਿਆ, ਬਾਰਡਰਾਂ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸ਼ੰਭੂ ਬੈਰੀਅਰ। ਕਿਸਾਨ ਅੰਦੋਲਨ ਦਾ ਅੱਜ 13ਵਾਂ ਦਿਨ ਹੈ। ਸ਼ੰਭੂ ਬੈਰੀਅਰ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਔਰ ਇਸੇ ਦੌਰਾਨ ਕਿਸਾਨਾਂ ਦੇ ਵਿੱਚ ਆਪਸੀ ਚਰਚਾ, ਬੁੱਧੀਜੀਵੀਆਂ ਨੂੰ ਬੁਲਾ ਕੇ ਚਰਚਾ ਤਾਂ ਕਿ ਪੂਰੇ ਮਸਲੇ ਨੂੰ ਲੈ ਕੇ ਇਸ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਣਾ, ਨੀਤੀਆਂ ਕੀ ਨੇ, ਇਹਨਾਂ ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਜਾ ਸਕੇ। ਅੱਜ WTO ਦੇ ਮੁੱਦੇ ਤੇ ਇੱਕ ਕਨਵੈਨਸ਼ਨ ਬੁਲਾਈ ਗਈ ਹੈ ਜਿੱਥੇ ਵੱਖ ਵੱਖ ਬੁੱਧੀਜੀਵੀ ਜਿਹੜੇ ਨੇ ਉਹ ਪਹੁੰਚੇ ਨੇ ਔਰ ਮੰਚ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ, ਮੰਚ ਲਾਇਆ ਗਿਆ, ਸਪੀਕਰ ਚੱਲ ਰਿਹਾ। ਕਿਸਾਨ ਜਿਹੜੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜ ਕੇ ਇੱਥੇ ਬੈਠੇ ਹੋਏ ਇਸ ਕਨਵੈਨਸ਼ਨ ਦਾ ਹਿੱਸਾ ਬਣੇ, ਬੁੱਧੀਜੀਵੀਆਂ ਨੂੰ ਸੁਣ ਰਹੇ ਨੇ। WTO ਦੇ ਮੁੱਦੇ ਤੇ ਇਹ ਕਨਵੈਨਸ਼ਨ ਖਾਸ ਕਰਕੇ ਬੁਲਾਈ ਗਈ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਕੱਲ੍ਹ ਤੋਂ WTO ਦੀ ਜਿਹੜੀ ਮੀਟਿੰਗ ਹੈ ਉਹ ਆਬੂ ਧਾਬੀ ਦੇ ਵਿੱਚ ਹੋਣ ਜਾ ਰਹੀ ਹੈ
ਔਰ ਦੁਨੀਆ ਦੇ ਸਮਝੌਤਿਆਂ ਨੂੰ ਲੈ ਕੇ ਜਿਹੜਾ ਇਹ ਇੱਕ ਕਹਿ ਸਕਦੇ ਹਾਂ ਕਿ ਇੱਕ WTO ਸੰਸਥਾ ਜਿਹੜੀ ਬਣਾਈ ਗਈ ਹੈ ਔਰ ਆਪਸੀ ਸਮਝੌਤੇ ਜਿਹੜੇ ਦੁਨੀਆ ਦੇ ਵਪਾਰ ਨੂੰ ਜੋੜਨ ਦੇ ਲਈ ਜਿਹੜੇ ਸਮਝੌਤੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਜਾਂ ਭਾਰਤ ਨੂੰ ਇਸ ਦਾ ਕੀ ਨੁਕਸਾਨ ਹੈ, ਜਿਸ ਦੇ ਵਿੱਚ ਸਭ ਤੌਰ ਤੇ ਦੇਖੋ ਕਿਸਾਨੀ ਮੁੱਦੇ ਨੂੰ ਲੈ ਕੇ, ਕਿਸਾਨੀ ਮੰਗਾਂ ਨੂੰ ਲੈ ਕੇ ਇਸ ਸੰਘਰਸ਼ ਨੂੰ ਜਦੋਂ ਵਿੱਢਿਆ ਗਿਆ ਤਾਂ ਉਦੋਂ ਲਗਾਤਾਰ ਚਰਚਾ ਹੋਈ। ਜਿਸ ਤਰ੍ਹਾਂ ਕਣਕ ਤੇ ਇੰਪੋਰਟ ਡਿਊਟੀ ਦੀ ਗੱਲ ਹੋਈ ਕਿ ਇੰਪੋਰਟ ਡਿਊਟੀ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ, ਜੇ ਇੰਪੋਰਟ ਡਿਊਟੀ ਖਤਮ ਹੋ ਗਈ ਤਾਂ ਭਾਰਤੀ ਕਿਸਾਨ ਦੀ ਜਿਹੜੀ ਕਣਕ ਹੈ ਉਹਦੀ ਵੈਲਿਊ ਜਿਹੜੀ ਹੈ ਉਹ ਨਹੀਂ ਰਹੇਗੀ, ਉਹਨੂੰ ਉਹਦੇ ਨਾਲ ਕਿਉਂਕਿ ਬਾਹਰੋਂ ਸਸਤੇ ਰੇਟ ਤੇ ਜੇ ਕਣਕ ਆਉਂਦੀ ਹੈ ਤਾਂ ਭਾਰਤ ਦੇ ਕਿਸਾਨ ਨੂੰ ਉਸਦਾ ਹੱਕ ਨਹੀਂ ਮਿਲੇਗਾ। ਤਾਂ ਦੇਖੋ WTO ਦੇ ਮਸਲੇ ਤੇ ਲੋਕਾਂ ਨੂੰ ਦੱਸਿਆ ਜਾਵੇ, ਕਿਸਾਨਾਂ ਨੂੰ ਦੱਸਿਆ ਜਾਵੇ, ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਉਸ ਨੂੰ ਲੈ ਕੇ ਇਹ ਜਿਹੜੀ ਕਨਵੈਨਸ਼ਨ ਹੈ ਉਹ ਬੁਲਾਈ ਗਈ ਹੈ, ਚਰਚਾ ਚੱਲ ਰਹੀ ਹੈ, ਵੱਖ ਵੱਖ ਪ੍ਰੋਗਰਾਮ ਲਿਖੇ ਗਏ ਨੇ। ਤਾਂ ਇਹ ਸਾਹਮਣੇ ਤੁਸੀਂ ਮੰਚ ਦੇਖ ਰਹੇ ਹੋ ਕਿ ਵੱਖ ਵੱਖ ਬੁਲਾਰੇ ਬੋਲ ਰਹੇ ਨੇ, ਕਿਸਾਨ ਜਿਹੜੇ ਨੇ ਉਹ ਮੌਜੂਦ ਨੇ, ਕਿਸਾਨ ਜਥੇਬੰਦੀਆਂ ਮੌਜੂਦ ਨੇ, ਤਾਂ ਕਿ ਇਸ ਚਰਚਾ ਦੇ ਵਿੱਚੋਂ ਕੋਈ ਨਿਕਲ ਕੇ ਐਸਾ ਹੱਲ ਨਿਕਲ ਕੇ ਬਾਹਰ ਆਵੇ ਜਿਸ ਨੂੰ ਲੈ ਕੇ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ, ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ। ਤਾਂ ਵੱਖ ਵੱਖ ਪ੍ਰੋਗਰਾਮ ਲਿਖੇ ਗਏ ਨੇ, ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਅੱਜ ਦੀ ਕਨਵੈਨਸ਼ਨ ਰੱਖੀ ਗਈ ਹੈ। ਤਾਂ ਬੁੱਧੀਜੀਵੀਆਂ ਦੀ ਚਰਚਾ ਤੋਂ ਬਾਅਦ, ਬੁੱਧੀਜੀਵੀਆਂ ਦੇ ਵਿਚਾਰ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ। ਪਰ ਫਿਲਹਾਲ 13ਵਾਂ ਦਿਨ ਹੋ ਗਿਆ, ਬਾਰਡਰਾਂ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸ਼ੰਭੂ ਬੈਰੀਆ।